ਆਉਣ ਵਾਲੇ 4 ਸਾਲਾਂ ਵਿੱਚ ਇਹ ਸਭ ਕੁਝ ਦੇਖਣ ਨੂੰ ਮਿਲੇਗਾ। ਨਵੇਂ ਐਕਸਪ੍ਰੈਸ ਰਾਹੀਂ 4 ਘੰਟੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਅਤੇ ਕਟੜਾ ਸਿਰਫ 2 ਘੰਟੇ ਵਿੱਚ ਪਹੁੰਚ ਸਕਦੇ ਹਾਂ, ਜਿਸ ਦਾ ਕੋਈ ਐਗਜ਼ਿਟ ਨਹੀਂ ਹੈ। ਦੂਜਾ ਲੁਧਿਆਣਾ ਰਿੰਗ ਰੋਡ ਹੈ, ਜੋ ਦਿੱਲੀ ਕਟੜਾ ਐਕਸਪ੍ਰੈਸਵੇ ਨੂੰ ਲੁਧਿਆਣਾ ਰੋਪੜ ਐਕਸਪ੍ਰੈਸਵੇ ਨਾਲ ਜੋੜਦਾ ਹੈ। ਬੱਲੋਵਾਲ ਪਿੰਡ ਲੁਧਿਆਣਾ ਤੋਂ ਬਠਿੰਡਾ ਐਕਸਪ੍ਰੈਸਵੇ 75 ਕਿਲੋਮੀਟਰ ਲੰਬਾ ਹੋਵੇਗਾ। ਲੁਧਿਆਣਾ ਤੋਂ ਬਠਿੰਡਾ ਸਿਰਫ 1 ਘੰਟੇ ਵਿੱਚ। ਬਠਿੰਡਾ ਆ ਕੇ ਇਹ ਐਕਸਪ੍ਰੈਸਵੇ ਸ਼੍ਰੀ ਅੰਮ੍ਰਿਤਸਰ ਤੋਂ ਜਾਮਨਗਰ ਗੁਜਰਾਤ ਨੂੰ ਜਾ ਰਹੇ ਐਕਸਪ੍ਰੈਸਵੇ ਨਾਲ ਟਕਰਾਏਗਾ। ਜਾਮਨਗਰ ਐਕਸਪ੍ਰੈਸਵੇ ਪੰਜਾਬ ਤੋਂ ਬਾਹਰ ਕਾਫੀ ਬਣ ਵੀ ਚੁੱਕਾ ਹੈ। ਦਿੱਤੀਆਂ ਤਸਵੀਰਾਂ ਅਸਲ ਹਨ। ਕਟੜਾ ਐਕਸਪ੍ਰੈਸਵੇ ਦਿੱਲੀ ਤੋਂ ਅੱਗੇ ਹਰਿਆਣਾ ਦੇ ਪਿੰਡ ਬਹਾਦਰਗੜ੍ਹ ਤੋਂ ਦਿੱਲੀ ਬੰਬਈ ਐਕਸਪ੍ਰੈਸਵੇ ਨਾਲ ਟਕਰਾਏਗਾ ਅਤੇ ਪੋਰਟ ਤੇ ਉਤਰੇਗਾ, ਭਾਵ ਲੁਧਿਆਣਾ ਤੋਂ ਪੋਰਟ ਸਿਰਫ 18 ਘੰਟਿਆਂ ਵਿੱਚ, ਕਟੜਾ ਤੋਂ ਬੰਬਈ ਤੱਕ ਦਾ ਕੁੱਲ ਸਮਾਂ 20 ਘੰਟੇ ਹੈ। 2025 ਤੋਂ ਪਹਿਲਾਂ ਕੰਮ ਪੂਰਾ ਹੋਣ ਦੀ ਮਿਆਦ ਹੈ। ਜੇਕਰ ਸਾਡੇ ਲੋਕਾਂ ਨੂੰ ਇਹਨਾਂ ਸੜਕਾਂ ਤੇ ਚੱਲਣ ਦੀ ਸੋਝੀ ਆ ਜਾਵੇ ਤਾਂ ਲੁਧਿਆਣੇ ਤੋਂ ਬਠਿੰਡਾ 1 ਘੰਟਾ, ਲੁਧਿਆਣੇ ਤੋਂ ਰੂਪਨਗਰ 40 ਮਿੰਟ, ਲੁਧਿਆਣੇ ਤੋਂ ਚੰਡੀਗੜ੍ਹ 50 ਮਿੰਟ, ਦਿੱਲੀ ਤੋਂ ਚੰਡੀਗੜ੍ਹ 2 ਘੰਟੇ, ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ 4 ਘੰਟੇ, ਦਿੱਲੀ ਤੋਂ ਕਟੜਾ 6 ਘੰਟੇ, ਸ਼੍ਰੀ ਅੰਮ੍ਰਿਤਸਰ ਤੋਂ ਜਾਮਨਗਰ ਗੁਜਰਾਤ 10 ਘੰਟੇ, ਲੁਧਿਆਣਾ ਤੋਂ ਅਜਮੇਰ ਰਾਜਸਥਾਨ 6 ਘੰਟੇ, ਲੁਧਿਆਣਾ ਤੋਂ ਬੰਬੇ 16 ਘੰਟੇ।